ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮੰਦਿਰ ਦੇ ਵਿੱਚ ਬੇਅਦਬੀ ਹੋਈ ਹੈ, 14 ਮੂਰਤੀਆਂ ਨੂੰ ਤੋੜ ਕੇ ਭੱਜੇ ਨੇ ਸ਼ਰਾਰਤੀ ਅਨਸਰ। ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਕਿਨਾਂ ਦੇ ਵੱਲੋਂ ਐਡਾ ਵੱਡਾ ਕਾਂਡ ਕੀਤਾ ਗਿਆ ਹੈ। ਤਾਂ ਮੰਦਿਰ ਦੇ ਅੰਦਰ 14 ਮੂਰਤੀਆਂ ਤੋੜੀਆਂ ਗਈਆਂ ਨੇ, ਸ਼ਿਵਲਿੰਗ ਨੂੰ ਵੀ ਸੱਬਲ ਦੇ ਨਾਲ ਖੰਡਿਤ ਕੀਤਾ ਗਿਆ ਹੈ। ਹਿੰਦੂ ਨੇਤਾ, ਹਿੰਦੂ ਸਮਾਜ ਇਸ ਵੇਲੇ ਗੁੱਸੇ ਦੇ ਵਿੱਚ ਹੈ, ਕਿਉਂਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਇੱਕ ਮੰਦਿਰ ਦੀਆਂ, ਜਿੱਥੇ ਤੋੜ ਫੋੜ ਹੋਈ ਹੈ ਮੰਦਿਰ ਦੇ ਅੰਦਰ ਮੂਰਤੀਆਂ ਦੇ ਨਾਲ। 14 ਮੂਰਤੀਆਂ ਤੋੜੀਆਂ ਗਈਆਂ ਨੇ, ਸ਼ਿਵਲਿੰਗ ਨੂੰ ਵੀ ਸੱਬਲ ਦੇ ਨਾਲ ਉਖਾੜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਜਿਹੜੇ ਪੁਜਾਰੀ ਨੇ, ਹਿੰਦੂ ਨੇਤਾ ਨੇ, ਉਹ ਪ੍ਰਸ਼ਾਸਨ ਦੇ ਅੱਗੇ ਕਾਰਵਾਈ ਦੀ ਮੰਗ ਕਰ ਰਹੇ ਨੇ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ। ਮੰਦਿਰ ਦੇ ਵਿੱਚ ਸੀਸੀਟੀਵੀ ਨਹੀਂ ਲੱਗੇ ਸੀ, ਨਹੀਂ ਤਾਂ ਹੁਣ ਤੱਕ ਜਿਹੜੇ ਇਹ ਕਾਂਡ ਕਰਕੇ ਗਏ ਨੇ ਉਹਨਾਂ ਦੇ ਬਾਰੇ ਪਤਾ ਚੱਲ ਜਾਣਾ ਸੀ। ਪਰ ਵੱਡੀ ਖਬਰ ਹੈ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕੋ ਮੰਦਿਰ ਦੇ ਅੰਦਰ 14 ਮੂਰਤੀਆਂ ਖੰਡਿਤ ਕੀਤੀਆਂ ਗਈਆਂ ਨੇ, 14 ਮੂਰਤੀਆਂ ਦੀ ਭੰਨ ਤੋੜ ਕੀਤੀ ਗਈ ਹੈ। ਤਾਂ ਹਿੰਦੂ ਨੇਤਾ ਵੀ ਪਹੁੰਚੇ ਨੇ, ਅਮਿਤ ਕੌਂਡਲ ਪਹੁੰਚੇ ਨੇ, ਰਿਸ਼ਭ ਕਨੌਜੀਆ ਪਹੁੰਚੇ ਨੇ। ਉਹਨਾਂ ਦੇ ਵੱਲੋਂ ਪੁਲਿਸ ਦੇ ਅੱਗੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਕੁਝ ਦਿਨ ਪਹਿਲਾਂ ਵੀ ਇੱਕ ਸੜਕ ਤੇ ਗੋ ਵੰਸ਼ ਮਿਲਿਆ ਸੀ ਜਿਸ ਦੀ ਕੰਪਲੇਂਟ ਲਿਖਾਈ ਗਈ, ਤੇ ਹੁਣ ਤੱਕ ਪੁਲਿਸ ਉਸ ਕਾਂਡ ਨੂੰ ਕਰਨ ਵਾਲੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਇੱਕ ਹੋਰ ਕਾਂਡ ਹੋ ਗਿਆ ਹੈ ਮੰਦਿਰ ਦੇ ਅੰਦਰ, 14 ਮੂਰਤੀਆਂ ਤੋੜੀਆਂ ਗਈਆਂ ਨੇ, ਸ਼ਿਵਲਿੰਗ ਵੀ ਉਖਾੜ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ ਲੁਧਿਆਣਾ ਦੇ ਮੰਦਿਰ ਦੇ ਵਿੱਚ ਤੋੜ ਫੋੜ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਮੰਦਿਰ 'ਚ ਬੇਅਦਬੀ ਹੋਈ ਹੈ, 14 ਮੂਰਤੀਆਂ ਤੋੜੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ ਹਿੰਦੂ ਦੇਵੀ ਦੇਵਤਾ ਦੀਆਂ ਮੂਰਤੀਆਂ ਸੀ, 14 ਦੀ 14 ਮੂਰਤੀਆਂ ਤੋੜ ਦਿੱਤੀਆਂ ਗਈਆਂ ਨੇ, ਤੇ ਇੱਕ ਸ਼ਿਵਲਿੰਗ ਨੂੰ ਵੀ ਖੰਡਿਤ ਕੀਤਾ ਗਿਆ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ। ਮੰਦਿਰ ਦੇ ਵਿੱਚ ਜਿਹੜੀ ਮੂਰਤੀਆਂ ਸੀ ਉਹਨਾਂ ਨੂੰ ਸ਼ੀਸ਼ੇ ਦੀ ਅਲਮਾਰੀਆਂ ਦੇ ਵਿੱਚ ਬੰਦ ਕੀਤਾ ਹੋਇਆ ਸੀ ਤਾਂ ਕਿ ਗੰਦੀਆਂ ਨਾ ਹੋਣ। ਉਹ ਮੰਦਿਰ ਦੇ ਸ਼ੀਸ਼ੇ ਵੀ ਟੁੱਟੇ ਹੋਏ ਨੇ ਅਤੇ ਮੂਰਤੀਆਂ ਵੀ ਟੁੱਟੀਆਂ ਹੋਈਆਂ ਨੇ। ਇਸ ਉੱਪਰ ਹਿੰਦੂ ਨੇਤਾਵਾਂ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਇਹ ਲੁਧਿਆਣੇ ਸ਼ਹਿਰ ਦੇ ਅੰਡਰ ਪੈਂਦਾ ਜਗਿਆਣਾ ਇੱਕ ਇਲਾਕਾ ਪੈਂਦਾ ਵਾ, ਜਿੱਥੇ ਇੱਕ ਭਗਵਾਨ ਭੋਲੇਨਾਥ ਦਾ ਮੰਦਿਰ ਆ, ਜਿਹਦੇ ਵਿੱਚ ਸ਼ਿਵ ਪਰਿਵਾਰ, ਮਾਂ ਦੁਰਗਾ, ਸ਼ਨੀ ਮਹਾਰਾਜ, ਬਾਲਾਜੀ ਮਹਾਰਾਜ ਔਰ ਭਗਵਾਨ ਭੋਲਿਆਂ ਦਾ ਮਾਂ ਪਾਰਵਤੀ ਮੂਰਤੀ ਖੰਡਿਤ ਕੀਤੀ ਗਈ ਹੈ ਸਬਲਾਂ ਦੇ ਨਾਲ ਜਾਂ ਕੋਈ ਤੇਜ਼ ਤਰ ਹਥਿਆਰ ਦੇ ਨਾਲ। ਇਹ ਸਾਰੀਆਂ ਸਰੂਪ ਤੋੜੇ ਗਏ ਨੇ ਔਰ ਬੜੀ ਮੰਦਭਾਗੀ ਘਟਨਾ ਹੈ ਕਿ ਲੁਧਿਆਣੇ ਵਰਗੇ ਸ਼ਹਿਰ ਜਿੱਥੇ ਆਬਾਦੀ ਇੰਡਸਟਰੀ ਦਾ ਹੱਬ ਆ, ਜਿੱਥੇ ਹਿੰਦੂਆਂ ਦਾ ਗੜ੍ਹ ਆ, ਉਹਦੇ ਵਿੱਚ ਇਹੋ ਜਿਹੀ ਘਟਨਾ ਹੋ ਜਾਣੀ ਬੜਾ ਨਿੰਦਣਯੋਗ ਹੈ ਔਰ ਪ੍ਰਸ਼ਾਸਨ ਦੇ ਸਵਾਲਾਂ ਦੇ ਘੇਰੇ ਘਿਰਦਾ ਆ ਵੀ ਕਿਆ ਸਾਡੇ ਮੰਦਰ ਇਹੋ ਜਿਹੇ ਜਿਹੜੇ ਪਾਕਿਸਤਾਨ 'ਚ ਟੁੱਟਦੇ ਹੁੰਦੇ ਸੀਗੇ, ਜਿਹੜੀ ਵੀਡੀਓ ਆਪਾਂ ਦੇਖਦੀ ਪਾਕਿਸਤਾਨ 'ਚ ਮੰਦਰ ਇਹ ਟੁੱਟੇ ਗਿਆ, ਕਿਆ ਉਹ ਮੰਦਰ ਪੰਜਾਬ ਸਾਡੇ ਇਹ ਟੁੱਟਣੇ ਲੱਗਣਗੇ? ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਿਹਾ? ਕੀ ਪੰਜਾਬ ਵਿੱਚ ਹਿੰਦੂ ਪਲੈਨ ਕਰ ਲਵੇ ਵੀ ਸਾਡੇ ਇਹੋ ਜਿਹੇ ਵਿਅਕਤੀ ਸਾਡੇ ਕੋਲ ਦੇਖੀ ਜਾਂਦੀ ਆਪਣੇ ਦੇਵਤਿਆਂ ਦੀ ਜਦੋਂ ਅਸੀਂ ਮੰਨਦੇ ਹਾਂ? ਪਰ ਸਭ ਤੋਂ ਵੱਡੀ ਗੱਲ ਹੈ ਸਮਾਜ ਨੂੰ ਜਾਗਣ ਦੀ ਲੋੜ ਹੈ, ਸਾਰਾ ਸਮਾਜ ਪਹੁੰਚੇ ਤਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਅੱਖ ਖੁੱਲ੍ਹੇ। ਕਿੰਨਾ ਪੁਰਾਣਾ ਮੰਦਿਰ ਹੈ ਜੀ? ਇਹ ਦੇਖੋ ਜੀ, ਨਿਵਾਸੀਆਂ ਕੋਲ ਪਤਾ ਲੱਗਿਆ 30 ਸਾਲ ਪੁਰਾਣਾ ਮੰਦਿਰ ਹੈ। ਦੇਖੋ ਪਹਿਲਾਂ ਇੱਦਾਂ ਦੀ ਗੱਲਬਾਤ ਹੋਈ ਉਰੇ? ਇੱਕ ਵਾਰੀ ਕਹਿੰਦੇ ਬਹੁਤ ਪਹਿਲਾਂ ਹੋਈ ਸੀ ਪਰ ਉਹ ਰੋਡ ਐਕਸੀਡੈਂਟ ਤੋਂ ਹੋਇਆ ਸੀ, ਹੁਣ ਇਹ ਆ ਕਿਉਂਕਿ ਇਹਦੇ ਵਿੱਚ ਨਾ ਕੋਈ ਗੱਲਾਂ ਨਹੀਂ ਛੇੜਿਆ ਗਿਆ, ਨਾ ਗੱਲਿਆ ਤਾਲਾ ਤੋੜਿਆ ਗਿਆ, ਨਾ ਕੋਈ ਬੱਲਬ ਤੋੜਿਆ ਗਿਆ, ਨਾ ਕੋਈ ਲੱਟਾਂ ਟਾਲੀ ਤੋੜੀ ਗਈ, ਸਿਰਫ ਔਰ ਸਿਰਫ ਸਵਰੂਪ ਤੋੜੇ ਗਏ, ਸਿਰਫ ਸਵਰੂਪ ਟਾਲ ਕੀਤਾ ਗਿਆ, ਕੋਈ ਚੀਜ਼ ਨਹੀਂ ਤੋੜੀ। ਤੁਹਾਨੂੰ ਕਿਹਦਾ ਸੂਚਨਾ ਮਿਲੀ? ਸਾਨੂੰ ਲੋਕਲ ਨਿਵਾਸੀ ਵੱਲੋਂ ਫੋਨ ਆਇਆ ਸੀ ਵੀ ਇੱਥੇ ਮੰਦਿਰ ਆ ਅਤੇ ਐਵੇਂ ਤੋੜ ਭੰਨ ਕੀਤੀ, ਤੁਸੀਂ ਮੌਕੇ 'ਤੇ ਆਓ। ਕੀ ਮੰਗ ਕਰਦੇ ਹੁਣ ਤੁਸੀਂ? ਪੁਲਿਸ ਅਫਸਰ ਪਹੁੰਚੇ, ਗੱਲਬਾਤ ਤੁਹਾਡੀ ਕੀ? ਜੇ ਇਸ ਚੀਜ਼ ਨੂੰ ਸੀਰੀਅਸ ਨਹੀਂ ਲਊਗਾ ਤਾਂ ਅਸੀਂ ਇਹ ਟੁੱਟੀਆਂ ਜਾਂ ਸਰੂਪ ਨੇ ਇਹ MLA ਕੋਲ ਵੀ ਜਾਵਾਂਗੇ, ਮੰਤਰੀਆਂ ਕੋਲ ਵੀ ਜਾਵਾਂਗੇ, CM ਸਾਹਿਬ ਕੋਲ ਵੀ ਜਾਵਾਂਗੇ ਅਤੇ ਲੁਧਿਆਣਾ CP ਸਾਹਿਬ ਕੋਲ ਵੀ ਜਾਵਾਂਗੇ। ਅਤੇ ਕੈਮਰਾ ਲੱਗਿਆ ਸਰ ਉਰੇ ਕੋਈ? ਪ੍ਰਸ਼ਾਸਨ ਤਾਂ ਕਹਿ ਰਹੀ ਆਲੇ ਦੁਆਲੇ ਫੈਕਟਰੀਆਂ ਹੈਗੀਆਂ, ਅਸੀਂ ਫੁਟੇਜ ਚੈੱਕ ਕਰ ਰਹੇ ਹਾਂ ਪਰ ਅਜੇ ਰਿਜ਼ਲਟ 6 ਵਜੇ ਦਾ ਰਿਜ਼ਲਟ ਕੋਈ ਸਾਹਮਣੇ ਨਹੀਂ ਆ। ਜਿਹੜੇ ਜਿੰਨੇ ਸ਼ਹਿਰ ਵਿੱਚ ਮੰਦਿਰ ਆ ਤੁਸੀਂ ਅਪੀਲ ਕਰੋਗੇ ਬੜੇ ਕੈਮਰੇ ਲਗਾਏ ਜਾਣ? ਉਹਨਾਂ 'ਚ ਦੇਖੋ ਪਹਿਲੇ ਕਾਫੀ 90% ਮੰਦਿਰਾਂ 'ਚ ਕੈਮਰੇ ਲੱਗੇ ਹੋਏ ਨੇ,
ਪਰ ਬਾਈ ਤੁਸੀਂ ਇਹਦਾ ਕੀ ਹੱਲ ਕਰੋਗੇ? ਅਗਲਾ ਅੰਦਰ ਆ ਕੇ ਅੰਦਰ ਆ ਕੇ ਤਾਲਾ ਤੋੜ ਚਲਾ ਗਿਆ, ਉੱਥੇ ਕੈਮਰੇ ਚੱਲ ਉਹਨੂੰ ਘੰਟੀ ਵਾਰ ਚੱਕ ਲੈ ਜੂਗਾ, ਉਹਦਾ ਕੀ ਹੱਲ ਹੈ? ਹਮਲੇ ਕੀਤੇ ਜਾਂਦੇ ਨੇ ਤੇ ਚੁੱਪ ਕੇ ਬੈਠਾ ਲੁਧਿਆਣੇ ਦਾ ਸਮਾਜ, ਸਾਨੂੰ ਸਮਾਜ ਨੂੰ ਪੁਗਾਰਿਆ ਜਾ ਰਿਹਾ, ਹਿੰਦੂ ਸਮਾਜ ਨੂੰ ਕਿਉਂ ਪੁਗਾਰਿਆ ਜਾ ਰਿਹਾ? ਪਹਿਲਾਂ ਸਾਡੇ ਸ਼੍ਰੀ ਰਾਮ ਜੀ ਦੀ 22 ਜਨਵਰੀ ਨੂੰ ਉਦਘਾਟਨ ਹੋਣਾ ਸੀ ਅਯੋਧਿਆ ਦੇ ਵਿੱਚ, ਅਤੇ ਸਾਨੂੰ ਤੋਹਫ਼ਾ ਦਿੱਤਾ ਗਿਆ ਸੀਗਾ, ਗਊ ਮਾਤਾ ਦਾ ਸਿਰ ਵੱਢ ਕੇ ਤਾਜ ਪਰੋਟ 'ਤੇ ਸੁੱਟਿਆ ਗਿਆ ਸੀਗਾ, ਠੀਕ ਹੈ ਜੀ। ਹੁਣ ਮਹਾਂ ਸ਼ਿਵਰਾਤਰੀ ਆ ਰਹੀ ਆ, ਭੋਲੇਨਾਥ ਦਾ ਵਿਆਹ ਆ ਰਿਹਾ, ਅਤੇ ਹੁਣ ਸਾਨੂੰ ਤੋਹਫ਼ਾ ਦਿੱਤਾ ਜਾ ਰਿਹਾ ਸਾਡਾ ਮੰਦਰ ਤੋੜ ਕੇ, ਇਹ ਸਾਨੂੰ ਪੁਗਾਰਿਆ ਜਾ ਰਿਹਾ ਹਿੰਦੂ ਸਮਾਜ ਨੂੰ। ਮੈਂ ਹਿੰਦੂ ਸਮਾਜ ਨੂੰ ਅਪੀਲ ਕਰਦਾ, ਇੱਕ ਮੰਚ 'ਤੇ ਇਕੱਠੇ ਹੋ ਜਾਓ ਜੇ ਆਪਣੇ ਧਰਮ ਦੀਆਂ ਬੇਅਦਬੀਆਂ ਰੋਕਣੀਆਂ। ਜਿਹੜੇ ਯਾਤਰਾ ਕਰਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਅਪੀਲ ਮੈਂ ਉਹਨਾਂ ਨੂੰ ਲਾਹਨਤਾਂ ਪਾਨਾ ਜੀ, ਲੱਖ ਦੀਆਂ ਲਾਹਨਤਾਂ ਪਾਨਾ ਉਹਨਾਂ ਨੂੰ। ਤੁਸੀਂ ਲੋਕ ਤਾਂ ਸ਼ੋਸ਼ੇ ਕਰਨ ਵਾਲੇ ਲੋਕ ਹੋ, ਜਿੱਥੇ ਸਾਡੇ ਧਰਮ ਦੀ ਬੇਅਦਬੀ ਹੁੰਦੀ ਹੈ ਐਡੀ ਹੁੰਦੀ ਆ, ਕਿੱਥੇ ਉਹ ਸਵੇਰ ਦੀ 6 ਵਜੇ ਦੀ ਘਟਨਾ ਹੋਈ ਹੋਈ ਆ, ਕਿਸੇ ਨੇ ਕੋਈ ਸੁਗਿਆਨ ਨਹੀਂ ਦਿੱਤਾ, ਫੋਨ 'ਤੇ ਕੋਈ ਗੱਲ ਨਹੀਂ ਕੀਤੀ, ਆਉਣਾ ਤਾਂ ਬੜੀ ਦੂਰ ਦੀ ਗੱਲ ਆ, ਕਿਹੜਾ ਆਇਆ ਇੱਥੇ? ਕੋਈ ਵੀ ਨਹੀਂ ਆਇਆ ਇੱਥੇ। ਕਿੱਡੀਆਂ 150 ਤੋਂ 200 ਮੈਂ ਕਹਿੰਦਾ ਸੰਸਥਾ ਬਣੀਆਂ ਹੋਣੀਆਂ ਲੁਧਿਆਣੇ ਦੇ ਅੰਦਰ, ਜਿਹੜੀਆਂ ਅਲੱਗ ਅਲੱਗ ਆਪਣੀਆਂ ਚਲਾਉਂਦੀਆਂ ਨੇ, ਅਤੇ ਸ਼ਿਵ ਸੈਨਾ ਵੀ 30-35 ਨੇ, ਲੱਗਦਾ ਨਹੀਂ ਲੱਖਾਂ ਕਰੋੜ ਰੁਪਏ ਦਾ ਫੰਡ ਇਕੱਠਾ ਕਰਕੇ ਬਹਿ ਜਾਂਦੇ ਨੇ, ਫਿਰ ਯਾਤਰਾ ਕੱਢ ਲੈਂਦੇ ਨੇ। ਯਾਤਰਾ ਦਾ ਫਾਇਦਾ ਦੱਸੋ, ਉੱਥੇ ਮੰਦਰ ਤੋੜ ਦਿੱਤਾ ਗਿਆ, ਮੰਦਰ ਤੋੜ ਦਿੱਤਾ ਗਿਆ, ਇਸ ਕਿਸ ਮੂੰਹ ਨਾਲ ਯਾਤਰਾ ਕੱਢਾਂਗੇ ਲੁਧਿਆਣੇ ਸ਼ਹਿਰ 'ਚ? ਕਿਸ ਮੂੰਹ ਨਾਲ ਦੇਵੀ ਦੇਵਤਿਆਂ ਦੇ ਨਾਲ ਯਾਤਰਾ ਕੱਢ ਕੇ ਅਸੀਂ ਉਹਨਾਂ ਨੂੰ ਰੋਡ ਦੇ ਉੱਤੇ ਲੈ ਕੇ ਆਵਾਂਗੇ? ਦੱਸੋ, ਮੈਨੂੰ ਨਾ ਸਮਝਾਇਆ ਜਾਵੇ, ਦੇਵੀ ਦੇਵਤਾ ਦਾ ਕੋਈ ਸਰੂਪ ਨਹੀਂ ਛੱਡਿਆ ਗਿਆ, ਚਾਹੇ ਉਹ ਭੋਲੇਨਾਥ ਦਾ ਹੋਵੇ, ਪਾਰਵਤੀ ਦਾ, ਬਾਲਾਜੀ ਦਾ, ਸ਼ਨੀਦੇਵ ਮਹਾਰਾਜ ਦਾ, ਸ਼ਿਵ ਸਿੰਘ ਸ਼ਿਵ ਪਰਿਵਾਰ, ਸਾਰਾ ਤੋੜਿਆ ਗਿਆ। ਕਿਸ ਮੂੰਹ ਨਾਲ ਤੁਸੀਂ ਜੇ ਸ਼ੋਭਾ ਯਾਤਰਾ ਕੱਢੋਗੇ? ਕੀ ਮੰਗ ਕਰ ਪੈਸੇ ਦੀ ਬਰਬਾਦੀ ਕਰ ਰਹੇ ਹੋ? ਜੇ ਤੁਹਾਡੇ 'ਚ ਆਸਥਾ ਹੋਵੇ ਤੇ ਅੱਜ ਇੱਥੇ ਨਾ 150-200 ਹਜ਼ਾਰ ਲੱਖ ਬੰਦਾ ਇਕੱਠਾ ਹੁੰਦਾ, ਤੇ ਅੱਜ CM ਸਾਹਿਬ ਦੇ ਕੰਨਾਂ 'ਚ ਨਾ ਬਾਜਾਂ ਪੈਂਦੀਆਂ, ਅਤੇ ਉਹ ਬਾਹਰ ਨਿਕਲਦੇ ਕੋਠੀ 'ਚੋਂ, ਇੱਥੇ ਦਾ ਸਾਡੇ CP ਸਾਹਿਬ ਨੂੰ ਨਹੀਂ ਪਤਾ ਲੱਗਾ ਹਜੇ ਤੱਕ, ਇਹ ਤਾਕਤ ਹੈ ਹਿੰਦੂ ਸਮਾਜ ਦੀ, ਡੁੱਬ ਕੇ ਮਰ ਜਾਵੇ ਹਿੰਦੂ ਸਮਾਜ ਸਾਰਾ। ਮੇਰੇ ਕੋਲ 6 ਵਜੇ ਪਤਾ ਚੱਲਾ, 6 ਵਜੇ ਆਇਆ ਮੈਨੇ, ਸੁਬਹਾ 6 ਵਜੇ ਜੀ, ਤੋ ਉੱਪਰ ਕਰ ਗਿਆ, ਤਾਲਾ ਟੁੱਟਾ ਹੁਆ ਥਾ ਜੀ, ਔਰ ਸਾਰਾ ਮੂਰਤੀ ਭੰਗਾ ਹੁਆ ਥਾ ਜੀ। ਅਤੇ ਉਸਕੇ ਬਾਅਦ ਆਪਣੇ ਪੁਲਿਸ ਕੋ ਸੂਚਨਾ ਦੀ? ਨਹੀਂ, ਕਮੇਟੀ ਕੋ ਸੂਚਨਾ, ਕਮੇਟੀ ਕੋ ਸੂਚਨਾ ਦੀ, ਕਮੇਟੀ ਪੁਲਿਸ ਵੱਲੋਂ ਕੋ ਸੂਚਨਾ। ਅੱਛਾ ਜੀ, ਤੋ ਆਪਨੇ ਜਬ ਆਪ ਆਏ ਤੋ ਗੇਟ ਕਾ ਵੀ ਤਾਲਾ ਟੁੱਟਾ ਹੁਆ ਥਾ? ਗੇਟ ਕਾ ਵੀ ਤਾਲਾ ਟੁੱਟਾ। ਸੰਦੇ ਜੀ, ਕਭੀ ਕਿਸੀ ਸੇ ਕੋਈ ਵਿਵਾਦ ਤੋ ਨਹੀਂ ਹੁਆ ਆਪਕਾ? ਨਹੀਂ, ਕੋਈ ਵਿਵਾਦ ਨਹੀਂ ਹੈ, ਕਿਸੀ ਸੇ ਕੋਈ ਬਾਤਾਂ ਚੀਤ ਨਹੀਂ ਹੈ। ਕਿਤਨੇ ਸੇਵਾਦਾਰ ਹੈ, ਕਿਤਨਾ ਪੁਰਾਣਾ ਮੰਦਿਰ ਹੈ ਜੀ? ਯਹਾਂ ਸੇਵਕ ਦਾ ਤੋ ਬਹੁਤ ਹੈ। ਕਿਤਨਾ ਪੁਰਾਣਾ ਮੰਦਿਰ ਹੈ ਜੀ? ਇਹ 30 ਸਾਲ ਸੇ ਉੱਪਰ ਕੀ ਪੁਰਾਣਾ ਹੈ। ਅੱਛਾ ਜੀ, ਪਹਿਲੇ ਵੀ ਕਦੀ ਐਸਾ ਹੁਆ ਸੀ ਮੰਦਿਰ ਮੇਂ? ਪਹਿਲੇ ਤੋ ਐਸਾ ਮੂਰਤ ਪਹਿਲੇ ਹੁਆ ਥਾ 30 ਨਵੰਬਰ ਕੋ। ਅੱਛਾ ਜੀ, ਨਹੀਂ ਨਹੀਂ ਬੇਅਦਬੀ ਨਹੀਂ ਹੋਈ, ਯਾਨੀ ਕਿ ਚੋਰੀ ਹੋਈ, ਕੋਈ ਐਸੀ ਵੀ ਕੋਈ ਗੱਲਬਾਤ ਨਹੀਂ ਹੋਈ? ਨਹੀਂ, ਜਦੋਂ ਤੁਸੀਂ ਇੱਥੇ ਪਹੁੰਚੇ ਸਵੇਰੇ, ਤੁਸੀਂ ਦੇਖਿਆ ਕੋਈ ਕੋਈ ਚੀਜ਼ ਐਸੀ ਮਿਲੀ ਅੰਦਰ ਜਿਨ੍ਹਾਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ? ਮੂਰਤੀ ਜੋ ਖੰਡਿਤ, ਕੋਈ ਐਸਾ ਚੀਜ਼ ਨਹੀਂ ਮਿਲਾ ਜੀ। ਕੋਈ ਚੋਰੀ ਹੋਈ ਹੋਵੇ? ਚੋਰੀ ਤੋਂ ਕੁਝ ਹੋਇਆ ਨਹੀਂ, ਸਿਰਫ ਸਿਰਫ ਮੂਰਤੀ ਖੰਡਿਤ ਹੋਈ। ਕਿ ਕਿਤਨੀਆਂ ਮੂਰਤੀਆਂ ਟੋਟਲ ਖੰਡਿਤ ਹੋਈਆਂ? 14 ਮੂਰਤੀਆਂ। ਕੋਈ ਟੋਟਲ ਕਿਤਨੀਆਂ ਮੂਰਤੀਆਂ ਲੱਗੀ ਹੋਈਆਂ ਮੰਦਿਰ ਕੇ ਅੰਦਰ? ਮੰਦਿਰ ਕੇ ਅੰਦਰ 14 ਮੂਰਤੀ ਲੱਗੀ ਹੋਈ ਹੈ, ਇੱਕ ਪੀਤਲ ਕੀ ਜੀ, ਮਤਲਬ 14 ਕੀ 14 ਅਖੰਡਿਤ ਕਰ ਦੇਗੀ ਜੀ। ਅੰਦਰ CCTV ਲੱਗੇ ਹੋਏ? ਅੰਦਰ ਕੈਮਰੇ? TV ਨਹੀਂ, ਕੈਮਰੇ ਨਹੀਂ ਲੱਗੇ ਹੋਏ। ਅੱਛਾ ਜੀ, ਅਬ ਪ੍ਰਸ਼ਾਸਨ ਬੋਲਦਾ ਲਗਵਾਏ ਜਾ ਰਹੇ ਹਾਂ? ਇਹ ਸ਼ਿਵ ਮੰਦਰ ਹੈਗਾ ਹੁਣੇ MP ਰੋਡ 'ਚ ਜਾਣਾ ਦੇ ਕੋਲੇ, ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਕਿਸੇ ਸ਼ਰਾਰਤੀ ਤੱਤਵ ਨੇ ਮੂਰਤੀਆਂ ਖੰਡਿਤ ਕਰ ਦਿੱਤੀਆਂ। ਅਸੀਂ ਮੌਕੇ 'ਤੇ ਪਹੁੰਚੇ, ਮੌਕੇ 'ਤੇ ਪਹੁੰਚ ਕੇ ਜਿਹੜੀ ਕਮੇਟੀ ਹੈਗੀ ਆ ਉਹਦੇ ਵਿੱਚੋਂ ਇੱਕ ਮੋਟ ਪਰ
ਯਾਰ ਹੱਥ ਨਾ ਨਾ ਪਾਓ ਯਾਰ ਵੀ ਤਾਂ ਤੇਰੇ ਕੋਲ ਹੈ ਟੈਨਸ਼ਨ ਨਾ ਲੈ ਪ੍ਰੇਮ ਤੋਂ ਲੈ ਰੰਗ ਦਿੱਤੀ ਹੈ ਦੋਸ਼ੀਆਂ ਨੂੰ ਫੜ ਕੇ ਬ੍ਰਾਈਡਲ ਨਹੀਂ ਮਿਲਣਾ ਤੇ ਸਰ ਕੋਈ ਸੀਸੀਟੀਵੀ ਲੱਗਿਆ ਅੰਦਰ ਕੁਝ ਇੱਥੇ ਮੁੱਢਲੇ ਤੌਰ ਤੇ ਅਸੀਂ ਆਲੇ ਦੁਆਲੇ ਦੇਖਿਆ ਸੀਸੀਟੀਵੀ ਨਹੀਂ ਲੱਗਿਆ ਹੈਗਾ ਮੰਦਿਰ ਦਾ ਸੀਸੀਟੀਵੀ ਲੱਗਿਆ ਬਟ ਇੰਡਸਟਰੀਅਲ ਏਰੀਆ ਹੈਗਾ ਆਲੇ ਦੁਆਲੇ ਸੀਸੀਟੀਵੀ ਹੋਊਗਾ ਕਿਉਂਕਿ ਜ਼ਿਆਦਾ ਚਾਂਸਿਸ ਨੇ ਕਿ ਵੀ ਰਾਤ ਨੂੰ ਇਹ ਕਾਰਵਾਈ ਉਹਨਾਂ ਨੇ ਜਿਹੜੀ ਹੈਗੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਅਤੇ ਅਸੀਂ ਆਪਣੀ ਟੀਮਾਂ ਸਪੈਸ਼ਲ ਬਣਾ ਦਿੱਤੀਆਂ ਨੇਗੀਆਂ ਔਰ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਅਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਅਸੀਂ ਤੱਕ ਪਹੁੰਚਣ ਦੀ ਕੋਸ਼ਿਸ਼ ਅਤੇ ਸਰ ਫਿਲਹਾਲ ਅਗਿਆਤ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਫਿਲਹਾਲ ਅਨਨੋਨ ਦੇ ਖਿਲਾਫ ਦਰਜ ਕੀਤਾ ਜਿੱਦਾਂ ਹੀ ਸ਼ਨਾਖਤ ਹੁੰਦੀ ਆ ਫਿਰ ਉਹਨੂੰ ਨੌਂ ਮਿਲਣਾ ਸਰ ਥਾਣਾ ਸਾਹਨੇ ਵਾਲ ਬੰਦੇ ਜੀ ਥਾਣਾ ਸਾਹਨੇ